अस्सलाम वालेकुम। वाहेगुरु जी का खालसा, वाहेगुरु जी की फतेह। कौमी इंसाफ मोर्चे विच निहंग सिंह ते पुलिस दे विच आपस में कलैश होया, ते की वजह बनी, की उत्थे हालात, क्यों इस तरह की बदमजबी पैदा हुई, अज दी वीडियो दे विच इस दे बारे जानांगे। ते तो पहले वीरां भरावां के बिनती है कि अपने वीरां दे चैनल नूं लाइक सबसक्राइब ते शेयर कर दो। चंडीगढ़ पुलिस नूं कुछ बंदे लोड़ींदे ने, परचा किया जाता है, परचे तो बाद हुण इक तस्वीर जारी कर दित्ती जांदी है, नोटिस कढ़िया जांदा है वी जिहड़ा उन्हां बंदियां दी जानकारी देगा उन्हूं 10,000 रुपया दिता जाऊगा। महाराज तुहाडियां तस्वीरां छप गईआं, उह कहिंदे 10,000 रुपया मिलूगा जिहड़ा तुहाडे बारे दसूगा। ਪੰਜਾਬ ਦੇ ਨਾਲ ਜਾਂ ਜਿਹੜੇ ਪੰਜਾਬ ਦੇ ਵਾਰਿਸ ਨੇ, ਪੰਜਾਬ ਦੀ ਸਿੰਘ ਨੇ, ਉਹਨਾਂ ਨਾਲ ਵੈਰ ਆ, ਅਤੇ ਸੋ ਅਸੀਂ ਜੇ ਆਪਣਾ ਹੱਕ ਮੰਗਦੇ ਹਾਂ ਤਾਂ ਸਾਡੇ ਉੱਤੇ ਪਰਚੇ ਕੀਤੇ ਜਾਂਦੇ ਨੇ, ਸਾਡੀਆਂ ਫੋਟੋਆਂ ਵਾਇਰਲ ਕੀਤੀਆਂ ਜਾਂਦੀਆਂ ਕਿ ਇਹ ਦੋਸ਼ੀ ਨੇ, ਇਹਨਾਂ ਨੂੰ ਫੜਵਾਓ, ਅਸੀਂ ਤੁਹਾਨੂੰ ਇਨਾਮ ਦੇਵਾਂਗੇ। ਜਿਹੜਾ ਪੰਜਾਬ ਦੇ ਵਿੱਚ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਆਪਣੇ ਆਪ ਨੂੰ ਪੁੱਤ ਕਹਾਉਣ ਲੱਗ ਪਵੇ, ਗੁਰੂ ਗੋਬਿੰਦ ਸਿੰਘ ਪੰਜਾਬ ਦੇ ਵਿੱਚ ਜੰਮਿਆ, ਉਹ ਹਰ ਇੱਕ ਸਿੰਘ ਤੂਫਾਨ ਆ। ਤੁਹਾਡੀ ਉਮਰ 15 ਸਾਲ ਹੈ, ਉਸ ਦਿਨ ਤੁਸੀਂ ਪੁਲਿਸ ਦੀ ਜੈਕਟ ਪਾਈ ਫਿਰਦੇ ਸੀਗੇ, ਕੀ ਕੁਝ ਵਾਪਰਿਆ ਸੀਗਾ ਜਿਹਦੇ ਕਰਕੇ ਅੱਜ ਤੁਹਾਡੀਆਂ ਤਸਵੀਰਾਂ ਛਾਪ ਕੇ 10,000 ਰੁਪਏ ਦਾ ਨਾਮ ਰੱਖ ਰਹੇ ਆ? ਅਸੀਂ ਮੰਗੀਆਂ ਨੇ, ਮੰਗਣ ਤੇ ਉਹ ਦੇਣ ਵਾਲੇ ਨਹੀਂ, ਠੀਕ ਹੈ। ਜੇ ਖੋਣ ਵਾਲੇ ਤੇ ਅਸੀਂ ਹੈਗੇ ਨਹੀਂ, ਕਿਉਂਕਿ ਖਾਲਸਾ ਜਿਹੜਾ ਵਾ ਉਹ ਖੋਈਏ ਤੇ ਉਹ ਦੇਣ ਵਾਲੇ ਹੈ ਨਹੀਂ। ਗਲਤ ਇਹ, ਉਹ ਛੱਡ ਕੇ ਭੱਜ ਗਏ ਸੀਗੇ, ਸਾਡਾ ਸੀਸ ਲੈ ਲੈਣ, ਤੁਹਾਨੂੰ ਤੇ ਸਾਨੂੰ ਤੇ ਫਿਰ ਵੀ ਕੋਈ ਮਾਣ ਨਹੀਂ ਕਿ ਸਾਡੇ ਬੰਦੀ ਸਿੰਘ ਛੱਡ ਦਿਓ। ਚਲੋ ਮੈਂ ਉਹਨਾਂ ਦੀ ਆਪਣੀ ਕੰਪੇਅਰ ਉਹਨਾਂ ਦੇ ਨਾਲ ਨਹੀਂ ਕਰਦਾ, ਪਰ ਉਹਨਾਂ ਦਾ ਭਰਾ ਵਾ, ਉਹਨਾਂ ਦਾ ਖੂਨ ਆ ਮੇਰੇ ਅੰਦਰ। ਛੋਟੇ ਸਾਹਿਬਜ਼ਾਦੇ ਨੂੰ ਉਸ ਟਾਈਮ 'ਤੇ ਜਦੋਂ ਸਰਹੰਦ ਖੜੋਤੇ ਸੀ, ਉਹਨਾਂ ਨੂੰ ਵੀ ਇਹੀ ਗੱਲ ਕਹੀ ਜਾਂਦੀ, ਤੁਸੀਂ ਛੋਟੇ ਜੇ। ਮੈਂ ਪਹਿਲਾਂ ਗੱਲ ਕਹੀ, ਮੈਂ ਉਹਨਾਂ ਨਾਲ ਆਪਣਾ ਕੰਪੇਅਰ ਉਹਨਾਂ ਦੇ ਨਾਲ ਨਹੀਂ ਕਰਦਾ, ਪਰ ਹੈਗਾ ਤਾਂ ਉਹਨਾਂ ਦਾ ਖੂਨ ਆ ਨਾ ਮੇਰੇ 'ਚ। ਇਹ ਕਿੰਨੀ ਗੰਦੀ ਕਰਤੂਤ ਹੈ ਇਹਨਾਂ ਦੀ ਕਿ ਜਿਹੜਾ ਬੰਦਾ ਉਸ ਵਿੱਚ ਇਨਵੋਲਵ ਆ ਉਹਨੂੰ ਨਹੀਂ ਫੜਦੇ, ਉਹਨਾਂ ਦੇ ਕਰਦਿਆਂ ਨੂੰ, ਉਹਨਾਂ ਦੇ ਘਰਦਿਆਂ ਨੂੰ ਤੰਗ ਕਰਦੇ ਨੇ। ਇਹ ਇਹਦੇ ਤੋਂ ਪਤਾ ਲੱਗਦਾ ਇਹਨਾਂ ਦੀ ਜਿਹੜੀ ਸੋਚ ਹੈ ਕਿੰਨੀ ਕੁ ਗਿਰੀ ਹੋਈ ਹੈ। ਮੈਂ ਕੀਤਾ ਵਾ, ਮੈਂ ਮੋਰਚੇ ਦੇ ਵਿੱਚ ਹਾਂ, ਮੈਂ ਵੀਡੀਓ ਵਿੱਚ ਕਹਿਣ ਆ, ਹੈਗੀ ਹਿੰਮਤ ਲੈ ਜਾਓ। ਤੁਹਾਡੇ ਕਮੈਂਟ ਕਰਨ ਵਾਲੇ ਜਿਹੜੇ ਜੱਜ ਵੀਰ ਜਿਹਨਾਂ ਨੂੰ ਆਪਾਂ ਕਹਿ ਦਈਏ, ਉਹਨਾਂ ਨੇ ਕਮੈਂਟ ਕਰਨੇ ਆ, ਉਹਨਾਂ ਨੇ ਕਹਿਣਾ 15 ਸਾਲ ਦੀ ਉਮਰ ਹੈ, ਅਜੇ ਜਵਾਕ ਹੈ, ਪਤਾ ਹੈ ਨਹੀਂ, ਜਿਸ ਦਿਨ ਪੁਲਿਸ ਨੇ ਚੱਕ ਕੇ ਡੰਡਾ ਫੇਰਤਾ ਫਿਰ ਇਹਨਾਂ ਕਹਿਣਾ ਛੱਡ ਦਿਓ ਛੱਡ ਦਿਓ। ਅਜਿਹੇ ਕਮੈਂਟ ਬਾਈ ਮੈਂ ਦਾਅਵਾ ਕਰਦਾ ਬਹੁਤ ਲੋਕਾਂ ਨੇ ਕਰਨੇ ਆ। ਗੁਰੂ ਗੋਬਿੰਦ ਸਿੰਘ ਮਹਾਰਾਜ ਅੱਗੇ ਅਰਦਾਸ ਕਰਦਾ ਕਿ ਮਹਾਰਾਜ ਮੈਂ ਤੇਰਾ ਪੁੱਤ ਹਾਂ, ਮੈਂ ਵੀਡੀਓ 'ਤੇ ਵੀ ਕਹਿੰਦਾ ਕਿ ਮੈਂ ਤੇਰਾ ਪੁੱਤ ਹਾਂ, ਅਤੇ ਆਪਣੇ ਪੁੱਤ ਦੀ ਲਾਜ ਰੱਖੀ, ਜੋ ਕੁਝ ਹੋਊਗਾ ਉਹ ਸਹਿਣ ਦੀ ਹਿੰਮਤ ਬਖਸ਼ੀ। ਸ੍ਰੀ ਅਕਾਲ। ਪਰ ਮੈਂ ਵੀਰੇ ਇੱਕ ਗੱਲ ਮੈਂ ਦੇਖੀ ਆ, ਜਦੋਂ ਕਿਸੇ ਦੇ ਉੱਤੇ ਪਰਚਾ ਹੋ ਜਾਵੇ ਨਾ, ਛੋਟਾ ਜਿਹਾ ਵੀ ਪਰਚਾ ਹੋ ਜਾਵੇ ਜਿਹਦੀ ਜ਼ਮਾਨਤ ਨਾਲ ਦੀ ਨਾਲ ਹੁੰਦੀ ਹੈ, ਤਾਂ ਚਲੋ 307 ਦਾ ਪਾਇਆ ਇਹਨਾਂ ਨੇ, ਪਰ ਉਹ ਪਰਚੇ ਦੇ ਬਾਅਦ ਬੰਦਾ ਫੋਨ ਵੀ ਬੰਦ ਕਰ ਲੈਂਦਾ, ਅਤੇ ਤੁਸੀਂ ਇੰਟਰਵਿਊ ਲਈ ਤਿਆਰ ਹੋ ਗਏ ਵੀ ਹਾਂਜੀ ਬਾਈ ਕਰਦੇ ਹਾਂ ਆਪਾਂ, ਕੋਈ ਨਹੀਂ ਬਾਬਾ ਜੀ, ਡਰ ਨਹੀਂ ਨਾ ਹੈਗਾ। ਫੋਨ ਬੰਦ ਕਰਦੇ ਨੇ, ਮੇਰਾ ਫੋਨ ਚਾਲੂ, ਮੇਰੇ ਵਟਸਐਪ ਉਸ ਟਾਈਮ ਕਾਲ ਨਹੀਂ ਲੱਗਦੀ ਪਈ, ਅਤੇ ਇਹ ਵੀ ਮੈਨੂੰ ਪਤਾ ਵਾ ਕਿ ਮੇਰੀ ਕਾਲ ਸਹਿ ਦੀ ਰਿਕਾਰਡਿੰਗ 'ਤੇ ਪੁਲਿਸ ਵਾਲਿਆਂ ਨੇ ਕੀਤੀ ਹੋਵੇ, ਅਤੇ ਪਰ ਡਰ ਕੋਈ ਨਹੀਂ। ਅਤੇ ਵੀਰ ਉਹਦੇ ਵਿੱਚ ਨੋਟਿਸ ਤੋਂ ਤਾਂ ਇਹ ਜ਼ਾਹਿਰ ਕਰਤਾ ਉਹਨਾਂ ਨੇ ਤੁਸੀਂ ਭਗੌੜੇ ਹੋ ਗਏ, ਪਰ ਤੁਸੀਂ ਇੱਥੇ ਹੋ, ਤਾਂ ਚੰਡੀਗੜ੍ਹ ਪੁਲਿਸ ਨੂੰ ਕੀ ਕਹਿੰਦੇ ਹੋ ਜਿਨ੍ਹਾਂ ਨੇ ਤੁਹਾਨੂੰ ਭਗੌੜਾ ਕਰਾਰ ਦਿੱਤਾ, 10,000 ਦਾ ਨਾਮ ਰੱਖ ਦਿੱਤਾ? ਅਤੇ ਜਦੋਂ ਤੱਕ ਮਹਾਰਾਜ ਦੀ ਕਿਰਪਾ ਰਹੀ ਉਦੋਂ ਤੱਕ ਮੈਂ ਮੋਰਚੇ 'ਤੇ ਰਹੂੰਗਾ। ਮੈਂ ਇਹ ਵੀ ਨਹੀਂ ਕਹਿੰਦਾ ਕੱਲ੍ਹ ਨੂੰ ਸਿਸਟਮ ਪੈ ਗਿਆ ਮੈਨੂੰ ਭੱਜਣਾ ਪੈ ਗਿਆ, ਅਤੇ ਫਿਰ ਇਹ ਇੰਟਰਵਿਊ ਜਿਹੜੀ ਤੁਸੀਂ ਕਰਨ ਦੇ ਇਹ ਬਚਨ 'ਤੇ, ਤਾਂ ਫਿਰ ਕਿਉਂਕਿ ਖਾਲਸੇ ਦਾ ਬਚਨ ਬੜਾ ਮਹੱਤਵ ਰੱਖਦਾ ਵਾ, ਜਿਹੜਾ ਖਾਲਸੇ ਦਾ ਬਚਨ ਆ ਉਹ ਬੜਾ ਸੋਚ ਸਮਝ ਕੇ, ਸਰ ਮੈਂ ਬਚਨ ਵੀ ਨਹੀਂ ਕਰਦਾ ਕਿ ਮੈਂ ਇੱਥੇ ਹੀ ਰਹੂੰਗਾ, ਸ਼ਾਇਦ ਸਮਾਂ ਆ ਜਾਵੇ ਮੈਨੂੰ ਭਗੌੜਾ, ਕਿਉਂਕਿ ਭੰਗ ਦੇ ਪਾੜੇ ਜਾਣ ਨਾਲੋਂ ਤਾਂ ਚੰਗਾ ਹੀ ਆ ਕਿ ਥੋੜ੍ਹਾ ਗੁਪਤ ਹੋ ਜਾਈਏ। ਸੋ ਖਾਲਸਾ ਭਗੌੜਾ ਨਹੀਂ ਹੁੰਦਾ, ਗੁਪਤ ਜ਼ਰੂਰ ਹੋ ਜਾਂਦਾ, ਅਤੇ ਸਮਾਂ ਆਇਆ ਮੈਂ ਗੁਪਤ ਹੋ ਜਾਊਂਗਾ। ਕਦੇ ਸਿੱਖ ਗੁਲਾਮੀ ਨਹੀਂ ਸਹੀ ਕਿਸੇ ਨੇ, ਕਿਸੇ ਵੀ ਸਿੱਖ ਨੇ ਗੁਲਾਮੀ ਨਹੀਂ ਸਹੀ, ਜੋ ਮਰਜ਼ੀ ਹੋ ਜਾਵੇ ਆਪਣੇ ਹੱਕਾਂ ਲਈ ਖੜੋਂਦਾ ਆਇਆ ਵਾ ਅਤੇ ਖੜੋਂਦਾ ਰਹੂਗਾ। 8 ਫਰਵਰੀ 2023 ਨੂੰ ਤੀਜਾ ਜਥਾ ਕੌਮੀ ਇਨਸਾਫ ਮੋਰਚੇ ਤੋਂ ਗ੍ਰਿਫਤਾਰੀ ਦੇਣ ਲਈ ਜਾਂਦਾ ਹੈ, ਅਤੇ ਉਸ ਦਿਨ ਜੋ ਕੁਝ ਵਾਪਰਿਆ ਉਹ ਕਿਸੇ ਤੋਂ ਲੁਕਿਆ ਛਿਪਿਆ ਨਹੀਂ, ਪੁਲਿਸ ਨੂੰ ਵੀ ਜ਼ਖਮੀ ਕੀਤਾ ਗਿਆ ਅਤੇ ਕੁਝ ਇੱਧਰ ਸਿੰਘ ਵੀ ਜ਼ਖਮੀ ਹੁੰਦੇ ਨੇ, ਝੜਪ ਹੁੰਦੀ ਹੈ। ਉਸ ਤੋਂ ਬਾਅਦ ਚੰਡੀਗੜ੍ਹ ਪੁਲਿਸ ਨੂੰ ਕੁਝ ਬੰਦੇ ਲੋੜੀਂਦੇ ਨੇ, ਪਰਚਾ ਕੀਤਾ ਜਾਂਦਾ ਹੈ, ਪਰਚੇ ਤੋਂ ਬਾਅਦ ਹੁਣ ਇੱਕ ਤਸਵੀਰਾਂ ਜਾਰੀ ਕਰ ਦਿੱਤੀਆਂ ਜਾਂਦੀਆਂ, ਨੋਟਿਸ ਕੱਢਿਆ ਜਾਂਦਾ ਵੀ ਜਿਹੜਾ ਉਹਨਾਂ ਬੰਦਿਆਂ ਦੀ ਜਾਣਕਾਰੀ ਦਊਗਾ ਉਹਨੂੰ 10,000 ਰੁਪਇਆ ਦਿੱਤਾ ਜਾਊਗਾ। ਨੋਟਿਸ ਤਾਂ ਇਸ ਤਰ੍ਹਾਂ ਸੀ ਜਿਵੇਂ ਉਹ ਬੰਦੇ ਵਿਦੇਸ਼ ਭੱਜ ਗਏ ਹੁਣ, ਪਰ ਉਹਨਾਂ ਵਿੱਚੋਂ ਇੱਕ ਵੀਰ ਹੈ ਹਰਮਨਦੀਪ ਸਿੰਘ ਤੂਫਾਨ, ਤੂਫਾਨ ਸਿੰਘ ਵੀ ਜਿਹਨੂੰ ਕਿਹਾ ਜਾਂਦਾ, ਅਤੇ
उम्र महज 15 साल है वीर दी, ते ओ भरा साढ़े नाल है। ये भी तस्वीर नोटिस दे विच दूजे नंबर ते जारी कर दी गई है, जिदे विच कहा गया भी 10,000 रुपया दिता जाऊगा जे कोई दसेगा। पर साढ़े नाल ने तूफान सिंह, वाहगुरु जी का खालसा वाहगुरु जी की फतेह। वाहगुरु जी का खालसा वाहगुरु जी की फतेह। ठीक हो सिंह साहब? हाँ जी, कृपा नांद खालसा नंद च ही रहा जी। महाराज तुहाडियां तस्वीरां छप गई, वह कहने 10,000 रुपया मिलेगा, जो बारे दसूगा। देखो जी, ये हूँ ये पहली बार थोड़ा ना हो किसी टाइम तो औरंगजेब ने टके टके दे सिर ते सिंघां दे सिरां दे मुल पाए सीगे। सो जिहड़ा हुण होया वा उस टाइम भी साढ़े गुरुओं नाल साढ़े सिखी दे नाल उन्हां दा वैर सीगा, तो हुण भी इन्हां दा पंजाब दे नाल या जिहड़े पंजाब दे वारिश ने पंजाब दी सिंघ ने उन्हां नाल वैर आ। तो सो असीं जी अपना हक मंगदे हाँ, तो साढ़े उत्ते परचे किए जाते हैं, साडियां फोटोआं वायरल कीतियां जांदियां कि ये दोषी ने, इन्हां नूं फड़वाओ, असीं तुहानूं इनाम देवांगे। ਤੁਹਾਡੀ ਉਮਰ 15 ਸਾਲ ਹੈ, ਉਸ ਦਿਨ ਤੁਸੀਂ ਪੁਲਿਸ ਦੀ ਜੈਕਟ ਪਾਈ ਫਿਰਦੇ ਸੀਗੇ, ਮਤਲਬ ਕਿ ਉਹ ਕਿਵੇਂ ਹੋਇਆ ਸੀ ਸਾਰਾ ਸੀਨ ਦੱਸੋਗੇ, ਕੀ ਹੋਇਆ ਸੀ, ਕੀ ਕੁਝ ਵਾਪਰਿਆ ਸੀਗਾ ਜਿਹਦੇ ਕਰਕੇ ਅੱਜ ਤੁਹਾਡੀਆਂ ਤਸਵੀਰਾਂ ਛਾਪ ਕੇ 10,000 ਰੁਪਏ ਦਾ ਨਾਮ ਰੱਖ ਰਹੇ ਆ? ਦੇਖੋ, ਪਹਿਲੀ ਗੱਲ ਤਾਂ ਇਹ ਕਿ ਅਸੀਂ ਮੰਗੀਆਂ ਨਹੀਂ, ਮੰਗਣ 'ਤੇ ਉਹ ਦੇਣ ਵਾਲੇ ਨਹੀਂ, ਠੀਕ ਹੈ। ਜੇ ਖੋਣ ਵਾਲੇ ਤਾਂ ਅਸੀਂ ਹੈਗੇ ਨਹੀਂ, ਕਿਉਂਕਿ ਖਾਲਸਾ ਜਿਹੜਾ ਵਾ ਉਹ ਖੋਈਏ ਅਤੇ ਉਹ ਦੇਣ ਵਾਲੇ ਹੈ ਨਹੀਂ। ਗੱਲ ਤਾਂ ਇਹ ਉਹ ਛੱਡ ਕੇ ਭੱਜ ਗਏ ਸੀਗੇ, ਠੀਕ ਹੈ ਜੀ। ਪਹਿਲਾਂ ਉਹਨਾਂ ਨੇ ਸਾਡੇ ਲੇਡੀਜ਼ ਸੀਗੇ, ਠੀਕ ਹੈ, ਭੈਣ ਜੀ, ਉਹਨਾਂ ਉੱਤੇ ਉਹਨੇ ਵਾਰ ਕੀਤਾ ਇੱਕ ਬੰਦੇ ਨੇ, ਉਹਨਾਂ ਵਿੱਚੋਂ ਨੀਲੀ ਵਰਦੀ ਵਾਲੇ ਨੇ। ਅਤੇ ਜਦੋਂ ਭੈਣ ਥੱਲੇ ਡੇਗ ਪਈ, ਅਤੇ ਜਦੋਂ ਸਾਡੀ ਭੈਣਾਂ 'ਤੇ ਗੱਲ ਆ ਜੇ, ਮਾਵਾਂ 'ਤੇ ਗੱਲ ਆ ਜੇ, ਅਤੇ ਅਸੀਂ ਕਿੱਥੋਂ ਚੁੱਪ ਕਰ ਜਾਈਏ? ਫਿਰ ਵੀ ਅਸੀਂ ਉਸ ਟਾਈਮ 'ਤੇ ਇਹਨਾਂ ਨੂੰ ਕਿਸੇ ਨੂੰ ਕੋਈ ਸੱਟ ਸੁੱਟ ਨਹੀਂ ਪਹੁੰਚਾਈ, ਉਹ ਗੱਲ ਵੱਖਰੀ। ਇਹਨਾਂ ਨੇ ਜਿਹੜੇ ਭਈਏ ਛੱਡੇ ਸਨ, ਉਹਨਾਂ ਨੇ ਸੰਗਤ ਦੇ ਉੱਤੇ ਇੱਟੇ ਰੋੜੇ ਵਾਹੇ, ਅਤੇ ਉਹਨਾਂ ਵਿੱਚੋਂ ਕਈ ਇੱਟੇ ਰੋੜੇ ਇਹਨਾਂ ਦੇ ਵੀ ਵੱਜ ਗਏ। ਅਤੇ ਉਹ ਇਹਨਾਂ ਨੇ ਕਿਹਾ ਕਿ ਸੰਗਤ ਨੇ ਕੀਤਾ ਹੈ ਨਾ, ਸੰਗਤ ਨੇ ਸਾਨੂੰ, ਇੱਦਾਂ ਦਾ ਕੁਛ ਨਹੀਂ ਹੋਇਆ। ਅਤੇ ਜਿਹੜੀ ਵਰਦੀ ਦੀ ਗੱਲ ਹੈ, ਇਹ ਤਾਂ ਛੱਡ ਕੇ ਭੱਜ ਗਏ ਸੀਗੇ, ਅਤੇ ਜਿਹੜੇ ਛੱਡ ਕੇ ਭੱਜ ਗਏ ਉਹ ਚੀਜ਼ ਉਹ ਤਾਂ ਬਾਅਦ 'ਚ ਅਸੀਂ ਜਿੱਤੇ ਸੀ ਉੱਥੇ। ਅਤੇ ਖਾਲਸੇ ਨੇ ਹੱਲਾ, ਜਦੋਂ ਖਾਲਸੇ ਨੇ ਹੱਲਾ ਕੀਤਾ, ਫਿਰ ਖਾਲਸੇ ਨੇ ਬੈਰੀਗੇਡ ਤੋੜਤੇ ਸੀ, ਸਾਰਾ ਕੁਝ ਸਾਡਾ ਹੋ ਗਿਆ ਸੀ ਉਸ ਟਾਈਮ 'ਤੇ। ਅਤੇ ਬਾਬਾ ਜੀ, ਤੁਹਾਡੀ ਉਮਰ ਸਿਰਫ ਤੂਫਾਨ ਸਿੰਘ ਜੀ 15 ਸਾਲ ਦੀ ਉਮਰ ਹੈ ਤੁਹਾਡੀ, ਅਤੇ ਹੁਣ ਬਾਬਾ ਰਾਜਾ ਰਾਜ ਸਿੰਘ ਜੀ ਦਾ ਦਾਅਵਾ ਵੀ ਉਹਨਾਂ ਦਾ ਪਰਿਵਾਰ ਚੁੱਕਿਆ, ਉਹਦੇ ਉੱਤੇ ਤਸ਼ੱਦਦ ਕੀਤਾ ਗਿਆ, ਅਤੇ ਜੇ ਤੁਹਾਡੇ 'ਤੇ ਤਸ਼ੱਦਦ ਕਰਨ ਜੇ ਫੜ ਕੇ, ਤੁਹਾਡੀ ਤਾਂ ਉਮਰ ਵੀ ਬਹੁਤ ਛੋਟੀ ਹੈ ਜੀ। ਦੇਖੋ, ਤਸ਼ੱਦਦ ਤਾਂ ਹੋਣ ਦਾ ਥੋੜ੍ਹਾ ਹੁੰਦਾ ਆ ਖਾਲਸਾ ਪੰਥ 'ਤੇ ਜਾਂ ਬੱਚਿਆਂ 'ਤੇ ਬੱਚੀਆਂ 'ਤੇ, ਆਪਾਂ ਰੋਜ਼ ਅਰਦਾਸ ਕਰਦੇ ਹਾਂ। ਅਰਦਾਸ ਵਿੱਚ ਆਉਂਦਾ ਜਿੰਨਾ ਸਿੰਘਾਂ ਸਿੰਘੀਆਂ ਨੂੰ ਸੀਸ ਦਿੱਤੇ ਹੈ ਨਾ, ਬੰਦ ਬੰਦ ਕਟਾਏ। ਅਤੇ ਜਿਹੜਾ ਤਸ਼ੱਦਦ ਆ ਉਹ ਬੜੇ ਚਿਰ ਤੋਂ ਆਉਂਦਾ ਰਿਹਾ, ਹੁਣ ਵੀ ਤਸ਼ੱਦਦ ਹੋਇਆ, ਕਿਉਂਕਿ ਹੁਣ ਅਸੀਂ ਮੋਰਚੇ 'ਤੇ ਆਏ ਹਾਂ। ਮੋਰਚੇ 'ਤੇ ਕੀ ਸੋਚ ਕੇ ਆਏ ਹਾਂ, ਕਿ ਜਾਂ ਬੰਦੀ ਸਿੰਘਾਂ ਨੂੰ ਲੈ ਕੇ ਜਾਣਾ, ਜਾਂ ਆਪਣੀ ਗ੍ਰਿਫਤਾਰੀ ਦੇਣੀ ਆ, ਜਾਂ ਉੱਥੇ ਸੀਸ ਦੇਵਾਂਗੇ। ਸੋ ਤਸ਼ੱਦਦ ਇਹ ਸੀਸ ਦਾ ਇੱਕ ਭਾਗ ਆ, ਇਹ ਬੜੀ ਵੱਡੀ ਚੀਜ਼ ਨਹੀਂ। ਸਾਡਾ ਸੀਸ ਲੈ ਲੈਣ, ਤੁਹਾਨੂੰ ਤਾਂ ਸਾਨੂੰ ਤਾਂ ਫਿਰ ਵੀ ਕੋਈ ਮਾਣ ਨਹੀਂ ਕਿ ਸਾਡੇ ਬੰਦੀ ਸਿੰਘ ਛੱਡ ਦਿਉ। ਅਤੇ ਜਿਹੜੇ ਬਾਬਾ ਰਾਜਾ ਰਾਜ ਸਿੰਘ ਜੀ ਦੀ ਗੱਲ ਕੇ, ਇਹ ਕਿੰਨੀ ਗੰਦੀ ਕਰਤੂਤ ਹੈ ਇਹਨਾਂ ਦੀ, ਕਿ ਜਿਹੜਾ ਬੰਦਾ ਉਸ ਵਿੱਚ ਇਨਵੋਲਵ ਆ ਉਹਨੂੰ ਨਹੀਂ ਫੜਦੇ, ਉਹਨਾਂ ਦੇ ਕਰਦਿਆਂ ਨੂੰ, ਉਹਨਾਂ ਦੇ ਘਰਦਿਆਂ ਨੂੰ ਤੰਗ ਕਰਦੇ ਨੇ। ਇਹ ਇਹਦੇ ਤੋਂ ਪਤਾ ਲੱਗਦਾ ਇਹਨਾਂ ਦੀ ਜਿਹੜੀ ਸੋਚ ਹੈ ਕਿੰਨੀ ਕੁ ਗਿਰੀ ਹੋਈ ਆ, ਠੀਕ ਹੈ। ਮੈਂ ਕੀਤਾ ਵਾ, ਮੈਂ ਮੋਰਚੇ ਦੇ ਵਿੱਚ ਹਾਂ, ਮੈਂ ਵੀਡੀਓ ਵਿੱਚ ਕਹਿੰਦੇ ਹਾਂ ਹੈਗੀ ਹਿੰਮਤ ਲੈ ਜਾਓ। ਤੁਸੀਂ ਕਹਿੰਦੇ ਹੋ ਹੈਗੀ ਹਿੰਮਤ ਲੈ ਜਾਓ, ਪਰ ਕਈ ਹੁਣ ਜਿਹੜੇ ਵਿਦਵਾਨ ਸੱਜਣ ਨੇ ਸਾਡੇ ਕਮੈਂਟ ਕਰਨ ਵਾਲੇ, ਜਿਹੜੇ ਜੱਜ ਵੀ ਜਿਹਨਾਂ ਆਪਾਂ ਕਹਿ ਦਈਏ, ਉਹਨਾਂ ਨੇ ਕਮੈਂਟ ਕਰਨੇ ਆ, ਉਹਨਾਂ ਨੇ ਕਹਿਣਾ 15 ਸਾਲ ਦੀ ਉਮਰ ਹੈ, ਅਜੇ ਜਵਾਕ ਹੈ, ਪਤਾ ਹੈ ਨਹੀਂ। ਜਿਸ ਦਿਨ ਪੁਲਿਸ ਨੇ ਚੱਕ ਕੇ ਡੰਡਾ ਫੇਰਤਾ, ਫਿਰ ਇਹਨਾਂ ਕਹਿਣਾ ਛੱਡ ਦਿਉ ਛੱਡ ਦਿਉ। ਅਜਿਹੇ ਕਮੈਂਟ ਬਾਈ ਮੈਂ ਦਾਅਵਾ ਕਰਦਾ ਬਹੁਤ ਲੋਕਾਂ ਨੇ ਕਰਨੇ ਆ। ਦੇਖੋ, ਕਮੈਂਟ ਕਰਨ ਵਾਲੇ ਬੜੇ ਬੜੇ ਹੁੰਦੇ ਨੇ, ਹੋਏ ਵੀ ਨੇ। ਚਲੋ, ਮੈਂ ਉਹਨਾਂ ਦੀ ਆਪਣੀ ਕੰਪੇਅਰ ਉਹਨਾਂ ਦੇ ਨਾਲ ਨਹੀਂ ਕਰਦਾ, ਪਰ ਉਹਨਾਂ ਦਾ ਭਰਾ ਵਾਂ, ਉਹਨਾਂ ਦਾ ਖੂਨ ਆ ਮੇਰੇ ਅੰਦਰ। ਛੋਟੇ ਸਾਹਿਬਜ਼ਾਦੇ ਨੂੰ ਉਸ ਟਾਈਮ 'ਤੇ ਜਦੋਂ ਸਰਹੰਦ ਖੜੋਤੇ ਸੀ, ਉਹਨਾਂ ਨੂੰ ਵੀ ਇਹੀ ਗੱਲ ਕਹੀ ਜਾਂਦੀ, ਤੁਸੀਂ ਛੋਟੇ ਜੇ। ਮੈਂ ਪਹਿਲਾਂ ਗੱਲ ਕਹੀ, ਮੈਂ ਉਹਨਾਂ ਨਾਲ ਆਪਣਾ ਕੰਪੇਅਰ ਉਹਨਾਂ ਦੇ ਨਾਲ ਨਹੀਂ ਕਰਦਾ, ਪਰ ਹੈਗਾ ਤਾਂ ਉਹਨਾਂ ਦਾ ਖੂਨ ਆ ਨਾ ਮੇਰੇ 'ਚ, ਅਤੇ ਸੇਮ ਚੀਜ਼ ਆ। ਕੋਈ ਗੱਲ ਨਹੀਂ, 15 ਸਾਲ ਦੇ ਤੁਸੀਂ ਕਹਿਣ ਦੀ ਕਿਹੜੀ ਗੱਲ, ਤਾਂ ਵਕਤ ਦੀ ਆ। ਅਤੇ ਮੈਂ ਨਹੀਂ ਕਹਿੰਦਾ ਕਿ ਮੈਂ ਉਹਨਾਂ ਦਾ ਤਸ਼ੱਦਦ ਸਹਿ ਸਕੂੰਗਾ, ਪਰ ਮੈਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਅੱਗੇ ਅਰਦਾਸ ਕਰਦਾ, ਗੁਰੂ ਗੋਬਿੰਦ ਸਿੰਘ ਮਹਾਰਾਜ ਅੱਗੇ ਅਰਦਾਸ ਕਰਦਾ ਕਿ ਮਹਾਰਾਜ ਮੈਂ ਤੇਰਾ ਪੁੱਤ ਹਾਂ। ਮੈਂ ਵੀਡੀਓ 'ਤੇ ਵੀ ਕਹਿੰਦਾ ਕਿ ਮੈਂ ਤੇਰਾ ਪੁੱਤ ਹਾਂ, ਅਤੇ ਆਪਣੇ ਪੁੱਤ ਦੀ ਲਾਜ ਰੱਖੀ, ਜੋ ਕੁਝ ਹੋਊਗਾ ਉਹ ਸਹਿਣ ਦੀ ਹਿੰਮਤ ਬਖਸ਼ੀ। ਸ੍ਰੀ ਅਕਾਲ। ਉਮਰ ਵੀਰ ਦੀ ਮਹਿਜ 15 ਸਾਲ ਹੈ, ਪਰ ਗੱਲਾਂ ਬਹੁਤ ਵੱਡੀਆਂ ਨੇ, ਔਰ ਵੱਡੀਆਂ ਗੱਲਾਂ ਇਹ ਅਰਦਾਸ ਦੇ ਵਿੱਚ ਵਿਸ਼ਵਾਸ ਦੀਆਂ ਗੱਲਾਂ ਨੇ। ਵਿਸ਼ਵਾਸ ਹੈ ਔਰ ਆਪਣੇ ਗੁਰੂ ਦੇ ਅੱਗੇ ਅਰਦਾਸ ਕਰਦਾ ਹੈ ਇਹ ਵੀਰ। ਪਰ ਮੈਂ ਵੀਰੇ ਇੱਕ ਗੱਲ ਮੈਂ ਦੇਖੀ ਆ, ਜਦੋਂ ਕਿਸੇ ਦੇ ਉੱਤੇ ਪਰਚਾ ਹੋ ਜਾਵੇ ਨਾ, ਛੋਟਾ ਜਿਹਾ ਵੀ ਪਰਚਾ ਹੋ ਜਾਵੇ ਜਿਹਦੀ ਜ਼ਮਾਨਤ ਨਾਲ ਦੀ ਨਾਲ ਹੁੰਦੀ ਹੈ, ਤਾਂ ਚਲੋ 307 ਦਾ ਪਾਇਆ ਇਹਨਾਂ ਨੇ, ਪਰ ਉਹ ਪਰਚੇ ਦੇ ਬਾਅਦ ਬੰਦਾ ਫੋਨ ਵੀ ਬੰਦ ਕਰ ਲੈਂਦਾ, ਅਤੇ ਤੁਸੀਂ ਇੰਟਰਵਿਊ ਲਈ ਤਿਆਰ ਹੋ ਗਏ ਵੀ ਹਾਂਜੀ ਬਾਈ ਕਰਦੇ ਹਾਂ ਆਪਾਂ, ਕੋਈ ਨਹੀਂ। ਬਾਬਾ ਜੀ, ਡਰ ਨਹੀਂ ਨਾ ਹੈਗਾ, ਗੱਲ ਤਾਂ ਇਹ ਹੈ ਕਿ ਡਰ ਦਾ ਮੈਨੂੰ ਅਰਥ ਹੀ ਨਹੀਂ ਪਤਾ। ਨਿੱਕੇ ਹੁੰਦੇ ਤੋਂ ਮੈਂ ਇਕੱਲਾ ਰਹਿੰਦਾ ਆਇਆ ਦਰਬਾਰ ਸਾਹਿਬ, ਹੈ ਨਾ। ਕਈ ਚੀਜ਼ਾਂ ਨੇ ਜਿਹੜੀਆਂ ਮੈਂ ਵੇਖੀਆਂ ਨੇ ਆਪਣੀ ਜ਼ਿੰਦਗੀ 'ਤੇ ਹੰਢਾਈਆਂ ਵਾਂ, ਅਤੇ
फोन बंद कर देने, मेरा फोन चलू, मेरे व्हाट्सएप उस टाइम कॉल नहीं लगती पई, तो यह भी मैंने पता वा कि मेरी कॉल शायद रिकॉर्डिंग तो पुलिस वाले ने की हो, पर डर कोई नहीं क्योंकि वारिस असी गुरु गोबिंद सिंह महाराज के पुत्र हाँ, ठीक है, तो जिदे लड़न आए हैं इतने मोर्चे से, तो वह असी ये अरदास करके आए हैं कि मोर्चे पर चले हाँ, तो या बंदी सिंह लैके जावे या अपना शीश दे के जावे, तो दोनों में एक काम करा ना, फोन का कोई डर आ ना मेरे गिरफ्तारी का कोई डर आ। मैं तुसी क्या, मैं बचपन तो कला रहा, तुहाडे माता पिता जां कोई परिवारक मैंबर जी? नहीं जी, मेरे माता जी निक्के होंदे गुजर गए सीगे, पिता जी मैनूं दरबार साहिब छड्ड गए सी अमृतसर, ते उस तों हुण तक महाराज दी कृपा नाल मैं कला रहिंदा आ, ते मैनूं पालण वाली संगत आ, संगत पालण वाली है, गुरु महाराज तुहाडी रक्षा करन वाले ने, ते तुसी इस कल्लेपन दे विच वी तुसी कहिंदे हो भई मैं नहीं डरदा हैगा, पर जे जिहड़े जिन्हां दे घर तीन तीन पुत भी है, चार वाहिगुरू ने दिते हुए दात बख्शी हुई, वह परिवार का कहने भी छड्डो मोर्चे ते की जाना, तुसी केस पाउणे, इत्थे CID फिरूगी, इस तरह दी गल्लां करके अपने बच्चों जिहड़े रोकदे आ उन्हां नूं किस तरह वेखदे हो फिर? वेखो जी, गल ये है कि अज वह मावां दे पुत जेलां विच ने, ठीक है जी, बंदी सिंह वह भी किसी के माँ के पुत ने, तुसी अज उन्हां दे नाल नहीं खड़ोवोंगे, कल नूं तुहाडे पुत्तां दे उत्ते आऊगा कि कौम तुहाडे नाल खड़ो जूगी, नहीं खड़ोगी। सो जदों असी कौम कौम दे नाल खड़ोने आ, फिर कौम साडे लई खड़ोंदी आ, कौम किहदे नाल खड़ोंदी आ, ये भी एक सवाल आ, कौम उन्हां नाल खड़ोंदी आ जिन्हां उत्ते जुल्म कीता जांदा वा, ठीक है जी, ये जरूरी नहीं कि आपां कौम दे लई कोई काम किया जेल च चल गए उदों ही खड़ोंदी आ, जिहड़ी कौम आ गुरु पंथ खालसा वा वह हर एक इंसान दे नाल खड़ोंदा वा जिहदे उत्ते जुल्म हुंदा वा। सो इस जड़े मावां ने उन्हां नूं मैं इह गल कहना चाहुंदा कि कल नूं कि तुहाडे पुत्त दे समां दा कोई पता नहीं, समां समें दा चक्कर ना पिछे दा अगे आ सकदा ना अगे दा पिछे, है ना, समां कित्थे किन्नूं लै जाए कोई पता नहीं। सो इत्थे आओ, हर एक पिंड विच्चों इत्थे रोज़ बयान हुंदा कि पंज मैंबर इत्थे आके हाजिरी भरन, देखो की पता तुहाडे पुत्तां नूं कल, मैं नहीं कहिंदा महाराज कृपा करन ਇਹ ਕਿਸੇ ਦੇ ਉੱਤੇ ਇਹੋ ਜਿਹਾ ਨਾ ਆਵੇ, ਪਰ ਬਾਈ ਚਾਂਸ ਜੇ ਆ ਗਿਆ ਫਿਰ ਕਿਹਨੂੰ ਕਹੋਗੇ, ਫਿਰ ਕੌਮ ਨੂੰ ਕਹੋਗੇ ਨਾ ਤੁਸੀਂ, ਇਸ ਕਰਕੇ ਕੌਮ ਦੇ ਨਾਲ ਖੜੋਵੇ, ਫਿਰ ਤੁਹਾਡੇ ਉੱਤੇ ਜੇ ਬਿਪਤਾ ਬਣਦੀ ਫਿਰ ਕੌਮ ਤੁਹਾਡੇ ਨਾਲ ਖੜੋਗੀ। ਬਿਲਕੁਲ ਜੀ, ਤੂਫਾਨ ਸਿੰਘ ਇਸੇ ਕਰਕੇ ਤੁਸੀਂ ਆਪਣੇ ਸ਼ਬਦ ਦੇ ਪਿੱਛੇ ਤੂਫਾਨ ਲਗਾਇਆ ਹੋਇਆ, ਇਹ ਤਖੱਲਸ ਕਿਸ ਨੇ ਤੁਹਾਨੂੰ ਦਿੱਤਾ ਜੀ? ਨਹੀਂ ਜੀ, ਮੈਂ ਇੰਨੀ ਔਕਾਤ ਨਹੀਂ ਕਿ ਮੈਂ ਆਪਣੇ ਨਾਂ ਦੇ ਪਿੱਛੇ ਕੁਛ ਲਾ ਸਕਾਂ, ਇਹ ਸੰਗਤ ਦਾ ਦਿੱਤਾ ਵਾ, ਗੁਰ ਕੇ ਮਹਿਲ ਮਹਾਰਾਜ ਦੀ ਕਿਰਪਾ ਨਾਲ ਸੇਵਾ ਕਰਦਾ ਹੁੰਦਾ ਸੀ। ਇੱਕ ਸਿੰਘ ਵੀ ਹੋਏ ਸੀ ਜਿਹਨਾਂ ਦਾ ਮੁਕਾਬਲਾ ਬਣਾਇਆ ਗਿਆ ਤੂਫਾਨ ਸਿੰਘ, ਉਹਨਾਂ ਦੇ ਪਿੱਛੇ ਜਦੋਂ ਖੜਕੂਬਾਦ ਦਾ ਦੌਰ ਸੀਗਾ ਤਾਂ, ਹਾਂਜੀ ਜੁਗਰਾਜ ਸਿੰਘ ਤੂਫਾਨ ਜੀ, ਹਾਂਜੀ, ਅਤੇ ਮੈਂ ਇਸ ਕਰਕੇ ਪੁੱਛ ਰਿਹਾ ਜੀ। ਵੇਖੋ ਜੀ, ਜਿਹੜਾ ਪੰਜਾਬ ਦੇ ਵਿੱਚ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਆਪਣੇ ਆਪ ਨੂੰ ਪੁੱਤ ਕਹਾਉਣ ਲੱਗ ਪਵੇ, ਗੁਰੂ ਗੋਬਿੰਦ ਸਿੰਘ ਪੰਜਾਬ ਦੇ ਵਿੱਚ ਜੰਮਿਆ, ਉਹ ਹਰ ਇੱਕ ਸਿੰਘ ਤੂਫਾਨ ਆ, ਅਤੇ ਮੁਕਾਬਲਿਆਂ ਦੀ ਤੁਸੀਂ ਗੱਲ ਕੀਤੀ, ਇਹ ਮੁਕਾਬਲੇ ਹੁਣ ਤੋਂ ਨਹੀਂ ਬਣਦੇ ਆਉਂਦੇ ਨੇ, ਇਹ ਸਿੱਖਾਂ ਨਾਲ ਪੀੜ੍ਹੀ ਦਰ ਪੀੜ੍ਹੀ ਜਿਹੜਾ ਧੱਕਾ ਹੁੰਦਾ ਆਇਆ ਵਾ, ਪਰ ਇਹ ਵੀ ਇੱਕ ਬੜਾ ਵੱਡਾ ਸਾਨੂੰ ਜਵਾਬ ਆ ਕਿ ਕਦੇ ਸਿੱਖ ਗੁਲਾਮੀ ਨਹੀਂ ਸਹੀ, ਕਿਸੇ ਵੀ ਸਿੱਖ ਨੇ ਗੁਲਾਮੀ ਨਹੀਂ ਸਹੀ, ਜੋ ਮਰਜ਼ੀ ਹੋ ਜੇ ਆਪਣੇ ਹੱਕਾਂ ਲਈ ਖੜੋਂਦਾ ਆਇਆ ਵਾ ਅਤੇ ਖੜੋਂਦਾ ਰਹੂਗਾ, ਅਤੇ ਮੈਂ ਜੇ ਸਿੱਖੀ ਧਾਰਨ ਕੀਤੀ ਆ ਅਤੇ ਮੈਂ ਵੀ ਉਹਨਾਂ ਦੇ ਜਿਹੜੇ ਹੋਰ ਮਾਰਗ 'ਤੇ ਤੁਰਦੇ ਰਹੇ ਉਹ ਮਾਰਗ 'ਤੇ ਮੈਂ ਵੀ ਤੁਰਨ ਦੀ ਕੋਸ਼ਿਸ਼ ਕਰਦਾ ਵਾਂ ਕਿ ਮੈਂ ਵੀ ਕਦੇ ਕੋਈ ਡਰ ਨਹੀਂ, ਜਿਹੜਾ ਤੂਫਾਨ ਸਿੰਘ ਨਾਮ ਆ ਉਹ ਸੰਗਤ ਨੇ ਦਿੱਤਾ ਵਾ ਅਤੇ ਸੰਗਤ ਦਾ ਦਿੱਤਾ ਸਿਰ ਮੱਥੇ, ਕਿਉਂਕਿ ਸੰਗਤ ਬੜਾ ਸੋਚ ਸਮਝ ਕੇ ਦਿੰਦੀ ਆ ਜੋ ਵੀ ਚੀਜ਼ ਦਿੰਦੀ ਆ, ਭਾਵੇਂ ਉਹ ਹੁਕਮ ਲਾ ਲਈਏ ਜਾਂ ਬਾਬਾ ਬੰਦਾ ਸਿੰਘ ਬਹਾਦਰ ਨੂੰ, ਹੈ ਨਾ, ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਤੀਰ ਦਿੱਤੇ, ਹੈ ਨਾ, ਜਾਂ ਸੰਗਤ ਨੇ ਉਹਨਾਂ ਨੂੰ ਸ਼ਾਬਾਸ਼ੀਆਂ ਦਿੱਤੀਆਂ, ਹੈ ਨਾ, ਹੌਸਲਾ ਦਿੱਤਾ, ਉਹ ਹੌਸਲਾ ਜਿਹੜਾ ਸੀ ਉਹ ਬਾਬਾ ਬੰਦਾ ਸਿੰਘ ਬਹਾਦਰ ਨੇ ਜਾ ਕੇ ਸਰਹੰਦ ਦੇ ਨਾਲ ਇੱਟ ਨਾਲ ਇੱਟ ਲੜਾਈ, ਉਹ ਕਿਉਂ ਲੜਾਈ ਕਿਉਂਕਿ ਸੰਗਤ ਦਾ ਵਿੱਚ ਬੜਾ ਵੱਡਾ ਯੋਗਦਾਨ ਰਿਹਾ ਵਾ। ਸੋ ਮੇਰੇ ਪਿੱਛੇ ਵੀ ਬੜਾ ਵੱਡਾ ਯੋਗਦਾਨ ਹੈਗਾ ਸੰਗਤ ਦਾ ਜੀ। ਮੇਰਾ ਲਾਸਟ ਸਵਾਲ ਹੈ, ਪੁਲਿਸ ਨੇ ਨੋਟਿਸ ਕੱਢਿਆ ਅਤੇ ਵੀਰ ਉਹਦੇ ਵਿੱਚ ਨੋਟਿਸ ਤੋਂ ਤਾਂ ਇਹ ਜ਼ਾਹਿਰ ਕਰਤਾ ਉਹਨਾਂ ਨੇ ਤੁਸੀਂ ਭਗੌੜੇ ਹੋ ਗਏ, ਪਰ ਤੁਸੀਂ ਇੱਥੇ ਹੋ ਤਾਂ ਚੰਡੀਗੜ੍ਹ ਪੁਲਿਸ ਨੂੰ ਕੀ ਕਹਿੰਦੇ ਹੋ ਜਿਨ੍ਹਾਂ ਨੇ ਤੁਹਾਨੂੰ ਭਗੌੜਾ ਕਰਾਰ ਦਿੱਤਾ, 10,000 ਦਾ ਨਾਮ ਰੱਖ ਦਿੱਤਾ? ਮੈਂ ਇਹ ਵੀ ਨਹੀਂ ਕਹਿੰਦਾ ਕਿ ਮੈਂ ਭਗੌੜਾ ਨਹੀਂ ਵੀ ਹੈਗਾ, ਸਮਾਂ ਪੈਣ 'ਤੇ ਸ਼ਾਇਦ ਇੱਦਾਂ ਦਾ ਸਮਾਂ ਆ ਸਕਦਾ ਕਿ ਮੈਨੂੰ ਭਗੌੜਾ ਹੋਣਾ ਪਵੇ, ਪਰ ਮੈਂ ਇਸ ਸਮੇਂ ਦੀ ਗੱਲ ਕਰਾਂ, ਮੌਜੂਦਾ ਸਮੇਂ 'ਤੇ ਮੈਂ ਮੋਰਚੇ 'ਚ ਹਾਂ, ਅਤੇ ਜਦੋਂ ਤੱਕ ਮਹਾਰਾਜ ਦੀ ਕਿਰਪਾ ਰਹੀ ਉਦੋਂ ਤੱਕ ਮੈਂ ਮੋਰਚੇ 'ਤੇ ਰਹੂੰਗਾ। ਮੈਂ ਇਹ ਵੀ ਨਹੀਂ ਕਹਿੰਦਾ ਕੱਲ੍ਹ ਨੂੰ ਸਿਸਟਮ ਪੈ ਗਿਆ ਮੈਨੂੰ ਭੱਜਣਾ ਪੈ ਗਿਆ ਅਤੇ ਫਿਰ ਇਹ ਇੰਟਰਵਿਊ ਜਿਹੜੀ ਤੁਸੀਂ ਕਰਨ ਦੇ ਇਹ ਬਚਨ 'ਤੇ, ਤਾਂ ਫਿਰ ਕਿਉਂਕਿ ਖਾਲਸੇ ਦਾ ਬਚਨ ਬੜਾ ਮਹੱਤਵ ਰੱਖਦਾ ਵਾ, ਜਿਹੜਾ ਖਾਲਸੇ ਦਾ ਬਚਨ ਆ ਉਹ ਬੜਾ ਸੋਚ ਸਮਝ ਕੇ, ਸੋ ਮੈਂ ਬਚਨ ਵੀ ਨਹੀਂ ਕਰਦਾ ਕਿ ਮੈਂ ਇੱਥੇ ਰਹੂੰਗਾ, ਸ਼ਾਇਦ ਸਮਾਂ ਆ ਜਾਵੇ ਮੈਨੂੰ ਭਗੌੜਾ, ਕਿਉਂਕਿ ਭੰਗ ਦੇ ਪਹਾੜੇ ਜਾਣ ਨਾਲੋਂ ਤਾਂ ਚੰਗਾ ਹੀ ਆ ਕਿ ਥੋੜ੍ਹਾ ਗੁਪਤ ਹੋ ਜਾਈਏ। ਸੋ ਖਾਲਸਾ ਭਗੌੜਾ ਨਹੀਂ ਹੁੰਦਾ, ਗੁਪਤ ਜ਼ਰੂਰ ਹੋ ਜਾਂਦਾ ਅਤੇ ਸਮਾਂ ਆਇਆ ਮੈਂ ਗੁਪਤ ਹੋ ਜਾਊਂਗਾ। ਬਿਲਕੁਲ ਸਹੀ ਆ ਬਾਪੂ ਜੀ, ਜਿੰਦਾਬਾਦ, ਗੱਲਾਂ ਸਹੀ ਆ ਜੀ। ਜਿਹੜੀ ਇਸ ਪਰਵਾਨੇ ਨੇ ਗੱਲ ਕੀਤੀ ਹੈ ਨਾ ਜੀ, ਇਹ ਵਾਕਈ ਹੀਰਾ ਹੈ, ਵਾਕਈ ਪਰਵਾਨਾ ਹੈ ਜੀ, ਇਹ ਵਾਕਈ ਪਰਵਾਨਾ, ਛਾਵਾਂ ਦੇ ਜਲਣ ਵਾਲੇ ਪਰਵਾਨੇ ਹੁੰਦੇ ਨੇ ਜੀ। ਕਿਸੇ ਨੇ ਪੁੱਛਿਆ ਸੀ
किसी ने पूछा सी भी परवाने कौन होंगे ने वो तो कोई कोई ना उड़ता कोई पूड़ चला गया उन्हें तू परवाना नहीं हो सकता उन्हें क्यों उन्हें परवाना मुड़ के नहीं सही आता तू ये परवाने ने जोड़े छम्मा के जलने वाले इतने जिन्हें भी सिंह आए ने ना वो करो तैयारी करके ही आए मतलब जे कोई हुण सानू पुछे भी परवाना की हुंदा असीं सुबीर दी इंटरव्यू दिखा दिए जी हाँ परवाने जिहड़े परवाने ने वो वापस नहीं मोड़दे वो जल के जाणगे ते जां मोर्चा फतेह करके जाणगे ये सिर्फ वीर जी 14-15 साल उम्र है जी दी ते इहदा पुलिस ने भगौड़ा करके 10,000 इनाम रखता भी उत्थे जी ये भगौड़ा जी इहनूं जिहड़ा फड़ाऊगा जां जानकारी देऊगा उहनूं चंडीगढ़ पुलिस 10,000 रुपया देऊगी ते वीर इत्थे इंटरव्यू दे रहा जी कोई गल नहीं फिर की फिर मरना ते वेखना ही है मरन दा डर नहीं गा मरना डर नहीं गा मरता जाना ही है इत्थे मर के गए उत्थों पर सिंह दा काम है कोई ना कोई लैके डिगे बिल्कुल सो दोस्तों वीडियो ही सारी वेखी इंटरव्यू देखिया तूफान सिंह दा बच्चा बिल्कुल छोटा जिहा जवाक है लेकिन उहदे इरादे बड़े मजबूत इरादे वीर जी सारे सिख जिहड़े वीर है उहनां नूं चाहीदा कि इह तों इक रोल मॉडल लैण उह इहनूं लै के सामने रख के इंज दे मजबूत इरादे रखण कि अपना सीस दे देंगे लेकिन पिछे नहीं हटांगे जिहड़े लोग घरां 'च बैठे आ ना ते अपने पुत्तर जिहनां दे 3-3, 4-4 पुत्तर है लेकिन कहिंदे असीं नहीं जाणा मोर्चे विच चल गए ते सानूं पुलिस तंग करेगी साढ़े ना कुछ धक्का ना हो साढ़े बच्चों ना यह नहीं सोचना क्योंकि सारे सिख जो मिलने हर कोई वध चढ़ के इस मोर्चे का हिस्सा बनेगा तो फिर ही जो बंदी सिंह रहा हो बंदी सिंह क्यों कैद हुए है सवाल तो है बिल्कुल क्योंकि उन्होंने सिखी वास्ते लड़ाई की किसी ने भी अपने वास्ते लड़ाई नहीं की सिखी वास्ते लड़ाई की है गुरु ग्रंथ साहब की बेअदबी हुई है वो वास्ते वाज चुकी है तो जो अपने हीरो वास्ते जो तुम बचाने वास्ते उठे है ਉਹਨਾਂ ਵਾਸਤੇ ਨਹੀਂ ਤੁਸੀਂ ਗੱਲਬਾਤ ਕਰੋਗੇ ਉਹਨਾਂ ਨੂੰ ਨਹੀਂ ਬਚਾਓਗੇ ਤਾਂ ਫਿਰ ਕੌਣ ਬਚਾਏਗਾ ਬੜੀ ਵਧੀਆ ਗੱਲ ਕੀਤੀ ਹੈ ਮੈਂ ਤੂਫਾਨ ਸਿੰਘ ਨੇ ਬੱਚਾ ਛੋਟਾ ਜਿਹਾ ਲੇਕਿਨ ਉਹਦੇ ਵਿਚਾਰ ਉਹਦੀ ਸੋਚ ਬੜੀ ਵੱਡੀ ਹੈ ਤੋ ਇੱਕ ਸਵਾਲੀਆ ਨਿਸ਼ਾਨ ਹੈ ਸਿੱਖਾਂ ਵਾਸਤੇ ਇੱਕ ਉਹ ਆਵਾਜ਼ ਪੈਦਾ ਕਰਨ ਡਿਆ ਵਾ ਕਿ ਸਾਰੇ ਸਿੱਖਾਂ ਨੂੰ ਚਾਹੀਦਾ ਕਿ ਇੰਜ ਦਾ ਜਜ਼ਬਾ ਲੈ ਕੇ ਇਸ ਮੋਰਚੇ ਵਿੱਚ ਆਉਣ ਬਹੁਤੇ ਤੋਂ ਬਹੁਤੇ ਜਦੋਂ ਸਿੱਖ ਇਨਸਾਫ਼ ਮੋਰਚੇ ਵਿੱਚ ਸ਼ਾਮਿਲ ਹੋਣਗੇ ਤਾਂ ਫਿਰ ਹੀ ਇਨਸਾਫ਼ ਮੋਰਚਾ ਕਾਮਯਾਬ ਹੋਏਗਾ ਜੇ 2-4 ਸਿੰਘ ਇੰਜ ਬੈਠੇ ਰਹੇ ਤੇ ਫਿਰ ਹਕੂਮਤ ਨੇ ਕਦੀ ਵੀ ਮੋਰਚਾ ਕਾਮਯਾਬ ਨਹੀਂ ਹੋਣ ਦੇਣਾ ਨਹੀਂ ਹੋਣ ਦੇਣਾ ਵੀਰ ਜੀ ਸਰਕਾਰ ਤੇ ਚਾਹੁੰਦੀ ਹੈ ਕਿ ਜਿਹੜੇ ਸਿੰਘ ਹੁੰਦੇ ਨੇ ਇਹਨਾਂ ਦੇ ਉੱਤੇ ਕਿਸੇ ਨਾ ਕਿਸੇ ਤਰੀਕੇ ਨਾਲ ਹੱਲਾ ਬੋਲ ਕੇ ਦੇਖੋ ਨਾ ਮੋਰਚੇ ਦੇ ਵਿੱਚ ਭੈਣਾਂ ਦੇ ਉੱਤੇ ਹਮਲਾ ਕੀਤਾ ਪਹਿਲੇ ਕਿ ਸਿੰਘਾਂ ਵੀਰਾਂ ਨੂੰ ਗੁੱਸਾ ਚੜੇ ਲੇਕਿਨ ਉਹ ਫਿਰ ਵੀ ਤਹਮਲ ਨਾ ਰਹੇ ਫਿਰ ਜਿਹੜੇ ਸ਼ਿਵ ਸੈਨਾ ਵਾਲੇ ਆ ਆਗੂ ਉਹਨਾਂ ਨੇ ਹਮਲਾ ਕਰਤਾ ਵੱਟਿਆਂ ਦੇ ਨਾਲ ਤੇ ਦੇਖੋ ਨਾ ਸਾਡੇ ਜਿਹੜੇ ਸਿੰਘ ਵੀਰ ਉਹਨਾਂ ਨੇ ਜਵਾਬ ਵੀ ਤੇ ਦੇਣਾ ਨਾ ਤੇ ਸਾਰਾ ਇਹਦਾ ਕਰਨ ਦਾ ਮਕਸਦ ਸਰਕਾਰ ਦਾ ਵੀਰ ਜੀ ਇਹ ਹੀ ਹੈ ਕਿ ਕਿਸ ਤਰ੍ਹਾਂ ਸਿੰਘ ਜਿਹੜੇ ਆ ਇਹ ਭੱਜਣ ਇਹਨਾਂ ਦੇ ਜਿਸਲੇ ਪਰਚੇ ਹੋਣਗੇ ਤੇ ਡਰ ਕੇ ਭੱਜਣਗੇ ਲੇਕਿਨ ਤੂਫਾਨ ਸਿੰਘ ਨੇ ਇਹ ਤੁਹਾਨੂੰ ਸਾਨੂੰ ਉਹਨੇ ਸਬੂਤ ਦਿੱਤਾ ਹੈ ਕਿ ਦੇਖੋ ਪਰਚੇ ਹੋ ਜਾਣਗੇ ਕੋਈ ਗੱਲ ਨਹੀਂ ਲੇਕਿਨ ਅਸੀਂ ਹੈ ਜਿਹੜੇ ਸਾਡੇ ਜਿਹੜੇ ਵੀਰ ਹੈ ਜਿਹੜੇ ਬੰਦੀ ਸਿੰਘ ਨੇ ਉਹ ਸਾਡੇ ਵਾਸਤੇ ਗਏ ਆ ਤੇ ਅਸੀਂ ਜਾਨ ਵੀ ਜਾਏਗੀ ਤੇ ਅਸੀਂ ਉੱਤੇ ਕੁਰਬਾਨ ਕਰਾਂਗੇ ਤੁਹਾਡੀ ਮੁਸਲਮਾਨ ਹੋਣ ਦੀ ਨਜ਼ਰ ਦੇ ਵਿੱਚ ਜਿਹੜੇ ਇਸ ਵਿਚਾਰ ਹੈ ਤੂਫਾਨ ਸਿੰਘ ਦੇ ਇਹ ਬੜੇ ਵਧੀਆ ਤੇ ਬੜੇ ਚੰਗੇ ਵਿਚਾਰ ਹੈ ਅਸੀਂ ਉਹਨਾਂ ਦੇ ਵਿਚਾਰਾਂ ਨੂੰ ਸਲੂਟ ਪੇਸ਼ ਕਰਨੇ ਆ ਤੇ ਜਨਾਬ ਤੁਹਾਡੇ ਇਹਦੇ ਬਾਰੇ ਕੀ ਵਿਚਾਰ ਹੈ ਤੁਸੀਂ ਇਹਦੇ ਬਾਰੇ ਕੀ ਰਾਇਆ ਹੈ ਜੇ ਤੁਸੀਂ ਕਦੋਂ ਆ ਕੇ ਬੰਦੀ ਇਨਸਾਫ਼ ਮੋਰਚੇ ਦਾ ਹਿੱਸਾ ਬਣ ਰਜੇ ਕਮੈਂਟ ਕਰਕੇ ਆਪਣੀ ਰਾਏ ਤੋਂ ਸਾਨੂੰ ਲਾਜ਼ਮੀ ਗਾ ਕਰਨਾ ਆਪਣਾ ਢੇਰ ਸਾਰਾ ਖਿਆਲ ਰੱਖਣਾ ਤੇ ਦੁਆਵਾਂ ਸਾਨੂੰ ਯਾਦ ਰੱਖਣਾ ਰੱਬ ਰੱਖਾ।